ਉਨੀਵੀਂ ਆਸ਼ੀਆ ਖੇਡਾਂ ਵਿੱਚ ਭਾਰਤ ਨੇ ਜੈਵਲਿਨ ਥਰੋ ਵਿੱਚ ਇਤਿਹਾਸ ਰਚਦਿਆਂ ਸੋਨੇ ਤੇ ਚਾਂਦੀ ਦੇ ਤਮਗੇ ਹਾਸਲ ਕਰ ਲਈ ਨੇ ਪਾਲ ਦੇ ਨੀਰਜ ਚੋਪੜਾ ਨੇ ਆਪਣੀ ਆਸ਼ੀਆ ਖਿਤਾਬ ਨੂੰ ਸਾਮ੍ਹਦੀਆਂ ਸੋਨੇ ਦਾ ਤਮਗਾ ਜਿੱਤਿਆ ਨੀਰਜ ਨੇ 88.8 ਮੀਟਰ ਦੇ ਥਰੋ ਨਾਲ ਇਹ ਤਮਗਾ ਜਿੱਤਿਆ ਉੱਥੇ ਹੀ ਪਾਲ ਦੇ ਕਿਸ਼ੋਰ ਕੁਮਾਰ ਜੈਨਾ ਨੇ 87.54 ਮੀਟਰ ਦੇ ਥਰੋ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ ਇਸ ਦੌਰਾਨ ਮਰਦਾਂ ਦੀ 4x400 ਮੀਟਰ ਰਿਲੇ ਦੌਰ ਵਿੱਚ ਵੀ ਸੋਨੇ ਦਾ ਤਮਗਾ ਜਿੱਤ ਲਈ ਇਸ ਤਰ੍ਹਾਂ ਹੁਣ ਭਾਰਤ ਦੇ ਸੋਨੇ ਦੇ ਤਮਗਿਆਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ ਤੀਰਅੰਦਾਜ਼ੀ ਵਿੱਚ ਜੋਤੀ ਅਤੇ ਓਜਸ ਦੀ ਉਤਾਲ ਨੇ ਦੱਖਣੀ ਕੋਰੀਆ ਨੂੰ ਮਿਕਸਡ ਮੁਕਾਬਲੇ ਵਿੱਚ ਹਰਾ ਕੇ ਸੋਨ ਤਮਗਾ ਹਾਸਲ ਕੀਤਾ ਟੀਰ ਅੰਦਾਜ਼ੀ ਵਿੱਚ ਭਾਰਤ ਇਹ ਪਹਿਲਾ ਸੋਨ ਤਮਗਾ ਹੈ ਮੰਜੂਰਾਣੀ ਤੇ ਰਾਮਬਾਬੂ ਨੇ 35 ਕਿਲੋਮੀਟਰ ਰੇਸ ਵਾਕ ਮਿਕਸਡ ਟੀਮ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਦੀਪਿਕਾ ਤੇ ਹਰਿੰਦਰ ਸਿੰਘ ਦੀ ਟੀਮ ਮਿਕਸਡ ਸਕੁਐਸ਼ ਦੇ ਫਾਈਨਲ ਵਿੱਚ ਪਹੁੰਚ ਗਈ ਇਹ ਅੱਜ ਭਾਰਤੀ ਪ੍ਰਵੀਨ ਹੁੱਡਾ ਨੇ 57 ਕਿਲੋਗ੍ਰam ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਭਾਰਤ ਨੇ ਹੁਣ ਤੱਕ ਕੁੱਲ 74 ਮੈਡਲ ਜਿੱਤੇ ਨੇ ਇਸ ਦੌਰਾਨ ਭਾਰਤੀ ਮਰਦ ਦੀ ਹਾਕੀ ਟੀਮ ਫਾਈਨਲ ਵਿੱਚ ਪਹੁੰਚ ਗਈ ਇਹ ਅਜਿਹਾੰਗਜ਼ੂ ਵਿੱਚ ਖੇੜੇਗੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਦੱਖ ਉਹ ਪੰਜ ਦਿਨਾਂ ਸ਼ਿਕਸ ਦਿੱਤੀ